ਮੈਂ ਅੱਜ ਤੋਂ 6 ਮਹੀਨੇ ਪਹਿਲਾਂ ਕਿਹਾ ਕਿ ਮੈਂ 2024 ਦੀ ਇਲੈਕਸ਼ਨ ਲੜੂੰਗਾ ਬਠਿੰਡੇ ਤੋਂ। ਹੁਣ ਜਿੰਨੇ ਤਾਂ ਬੋਕਲ ਵਾਲੇ ਆ, ਜਿੰਨੇ ਬਾਦਲ ਵਾਲੇ ਆ, ਜਿੰਨੇ ਕਾਂਗਰਸੀ ਆ, ਜਿੰਨੇ BJP ਵਾਲੇ ਆ, ਸਾਰੀਆਂ ਧਿਰਾਂ ਮੇਰੇ ਖਿਲਾਫ਼ ਇਕੱਠੀਆਂ ਹੋ ਕੇ ਮੇਰੇ ਮਗਰ ਪਈਆਂ ਹੋਈਆਂ। ਆਪਣੇ ਪੇੜ ਬੰਦੇ ਮੇਰੇ ਖਿਲਾਫ਼ ਖੜੇ ਕੀਤੇ ਹੋਏ ਨੇ, ਜਿਹੜੇ ਮੇਰੇ ਖਿਲਾਫ਼ ਲਗਾਤਾਰ ਪ੍ਰਾਪੇਗੰਡਾ, ਮੇਰੇ ਖਿਲਾਫ਼ ਲਗਾਤਾਰ ਪ੍ਰਚਾਰ। ਕੋਈ ਕਹਿੰਦਾ 1,00,000 ਜ਼ਮੀਨ ਲੈ ਗਿਆ, ਕੋਈ ਕਹਿੰਦਾ 1,00,000 ਗੱਡੀਆਂ ਲਿਆ, ਕੋਈ ਕਹਿੰਦਾ ਕੁਛ ਕਰ ਗਿਆ, ਕੋਈ ਕਹਿੰਦਾ ਕੁਛ ਕਰ ਗਿਆ। ਮੈਂ ਕਹਿੰਦਾ ਕੋਈ ਸਬੂਤ ਲੈ ਕੇ ਰੱਖੋ, ਮੇਰੇ ਸਾਹਮਣੇ ਆ ਜਾਓ। ਪਿੰਡਾਂ 'ਚ ਮੈਂ ਜਾਂਦਾ, ਮੇਰੇ ਖਿਲਾਫ਼ ਉਹਨਾਂ ਦੇ ਬੰਦੇ ਨਾਅਰੇਬਾਜ਼ੀ, 'ਲੱਖਾਂ ਮੁਰਦਾਬਾਦ 'ਲੱਖਾਂ ਮੁਰਦਾਬਾਦ ਜਾਣੇ ਇਹ ਕੰਮ ਜਿਹੜਾ ਹੁਣ ਸਾਰੇ ਇਕੱਠੇ ਹੋ ਕੇ ਲੱਗੇ। ਕਹਿੰਦਾ ਮੈਂ ਦੇਖੋ, ਮੈਂ ਬਾਦਲਾਂ ਨੇ ਜੋ ਇੱਥੇ ਕੀਤਾ ਪੰਜਾਬ ਦੇ ਨਾਲ, ਮੈਂ ਉਹ ਵੀ ਲੋਕਾਂ ਸਾਹਮਣੇ ਜ਼ਾਹਰ ਕੀਤਾ, ਨੰਗਾ ਕੀਤਾ, ਜੋ ਕਾਂਗਰਸੀਆਂ ਨੇ ਕੀਤਾ, ਜੋ 2 ਸਾਲ ਤੋਂ ਬਾਅਦ ਸਰਕਾਰ ਬਣੀ ਹੈ, ਇਹਦੀਆਂ ਨੀਤੀਆਂ ਜਿਹੜੀਆਂ ਪੰਜਾਬ ਮਾਰੂ ਹੈਗੀਆਂ, ਉਹਦੇ ਖਿਲਾਫ਼ ਮੈਂ ਲਗਾਤਾਰ ਲੋਕਾਂ ਨੂੰ ਦੱਸ ਰਿਹਾ ਵੀ ਆਹ ਕੁਛ ਇਹ ਕਰ ਰਹੇ ਆ। ਸੋ ਇਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੇਰੇ ਖਿਲਾਫ਼ ਇੱਕ ਮਾਹੌਲ ਕਿਵੇਂ ਸਿਰਜਣਾ, ਲੱਖੇ ਨੂੰ ਬਦਨਾਮ ਕਿਵੇਂ ਕਰਨਾ ਪ੍ਰਾਪੇਗੰਡੇ ਰਾਹੀਂ। ਮੈਂ ਵਾਰ ਵਾਰ ਇਹ ਬੇਨਤੀ ਲੋਕਾਂ ਨੂੰ ਕਰਦਾ ਵੀ ਯਾਰ, ਹੁਣ ਤੱਕ ਮੈਨੂੰ ਇੱਕ ਵੀ ਕੰਮ ਦੱਸੋ ਵੀ ਲੱਖੇ ਨੇ ਪੰਜਾਬ ਨਾਲ ਕੋਈ ਗਦਾਰੀ ਕੀਤੀ ਹੈ, ਮੈਂ ਪੰਜਾਬ ਦੇ ਕੋਈ ਹਿੱਤ ਹੱਕ ਵੇਚੇ ਨੇ। ਮੈਨੂੰ ਤਾਂ ਸਾਰੀਆਂ ਧਿਰਾਂ ਦੀਆਂ ਔਫਰਾਂ ਸੀਗੀਆਂ ਕਿ ਸਾਡੇ ਵੱਲੋਂ ਚੋਣ ਲੜ ਲਾ 22 ਦੇ ਵਿੱਚ ਵੀ, ਵਿਧਾਨ ਸਭਾ ਦੇ ਵਿੱਚ ਵੀ, ਅੱਜ ਵੀ ਕਹਿੰਦੇ ਆ, ਲੋਕ ਸਭਾ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਕਹਿੰਦੀਆਂ। ਜੇ ਮੈਂ ਆਪਣਾ ਕਿਰਦਾਰ ਮਾਰ ਕੇ ਜਾਣਾ ਹੁੰਦਾ ਤਾਂ ਮੈਂ ਕਿਤੇ ਨੂੰ ਗਿਆ, ਕਿਹਨਾਂ ਦਾ ਗਿਆ ਹੁੰਦਾ। ਗੱਲ ਜਿੱਤਣ ਹਾਰਨ ਦੀ ਨਹੀਂ ਆ, ਗੱਲ ਕਿਰਦਾਰਾਂ ਦੀ ਹੁੰਦੀ ਆ। ਇਸ ਕਰਕੇ ਲਗਾਤਾਰ ਮੇਰੇ ਖਿਲਾਫ਼ ਇਹ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਨਾਂ ਨੂੰ ਪਤਾ ਵੀ ਸੋਸ਼ਲ ਮੀਡੀਆ ਦੇ ਉੱਤੇ ਜੇ ਇਹੋ ਜਿਹਾ ਮਾਹੌਲ ਬਣਾ ਦਿਓਗੇ, ਹੁਣ ਜਿਹੜੇ ਸਾਡੇ ਪਿੰਡਾਂ 'ਚ ਬੈਠੇ ਬੰਦੇ ਨੇ ਜਾਂ ਵਿਚਾਰੇ ਬਜ਼ੁਰਗ ਨੇ, ਬਜ਼ੁਰਗਾਂ ਨੂੰ ਨਹੀਂ ਪਤਾ ਹੁਣ ਜਿਹੜੀ ਗੱਲ ਸਾਹਮਣੇ ਆਉਂਦੀ ਹੈ, ਕਈ ਵਾਰੀ ਯਕੀਨ ਕਰ ਲੈਂਦੇ ਇਸ ਗੱਲ ਦੇ ਉੱਤੇ। ਸੋ ਇਸ ਕਰਕੇ ਸਾਰਾ ਇਹ ਨੈਰੇਟਿਵ ਘੜਿਆ ਜਾ ਰਿਹਾ ਮੇਰੇ ਖਿਲਾਫ਼। ਪਰ ਮੈਂ ਇੱਕੋ ਹੀ ਅਪੀਲ ਕਰਦਾ ਲੋਕਾਂ ਨੂੰ, ਜਾਂ ਇਹਨਾਂ ਨੂੰ ਕਹਿਣਾ ਚਾਹੁੰਦਾ, ਤੁਸੀਂ ਰੋਜ਼ ਬੋਲਦੇ ਹੋ, ਕੱਢ ਕੇ ਤਾਂ ਲਿਆਓ, ਕੁਛ ਤਾਂ ਮੇਰੇ ਖਿਲਾਫ਼ ਕੱਢੋ ਵੀ ਭਾਈ ਲੱਖਾਂ ਤੋਂ ਇੱਥੋਂ ਪੈਸੇ ਲੈ ਗਿਆ, ਇੱਥੇ ਆਹ ਗਦਾਰੀ ਕਰ ਗਿਆ, ਇੱਥੇ ਆਹ ਖਰੀਦ ਗਿਆ, ਇੱਥੇ ਆਹ ਵੇਚ ਗਿਆ, ਕੁਛ ਤਾਂ ਕੱਢ ਕੇ ਲੈ ਕੇ ਆਓ। ਕਿਸਾਨ ਮੁਕਤ ਸੰਯੁਕਤ ਮੋਰਚੇ ਦੀਆਂ ਹਾਲੇ ਤੱਕ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਜੀ? ਹਾਲੇ ਤੱਕ ਏਕਤਾ ਨਹੀਂ ਬਣੀ ਦਿੱਲੀ ਜਾਣ ਬਾਰੇ, ਕੀ ਕਹੋਗੇ? ਅਸੀਂ ਦੱਸਾਂ ਤੈਨੂੰ ਸੱਚਾਈ, ਮੈਂ ਅਸੀਂ 17 ਦੇ ਯਾਰ ਹਾਂ ਬਾਈ। ਅਸੀਂ ਨਾ ਸਾਨੂੰ ਆਦਤ ਬਹੁਤ ਪਈ ਹੈ, ਇਕੱਲੇ ਇਕੱਲੇ ਹੋ ਕੇ 76 ਖਾ ਵੀ ਰਹੇ ਤੇ ਖਾਵਾਂਗੇ, ਇਕੱਠੇ ਹੋਣਾ ਹੀ ਪੈਣਾ। ਇਹ ਅੱਜ ਦੇ ਨਹੀਂ, ਪਹਿਲਾਂ ਤੋਂ ਲੈ ਕੇ ਮਿਸਲਾਂ ਦੀ ਆਪਾਂ ਗੱਲ ਕਰ ਗਏ, ਮਿਸਲਾਂ ਵੀ ਸਾਡੀਆਂ ਹੀ ਲੜਦੀਆਂ ਹੁੰਦੀਆਂ ਸੀ ਇੱਕ ਦੂਜੇ ਦੇ ਖਿਲਾਫ਼, ਉਹ ਤਾਂ ਮਾਰਨ ਤੱਕ ਜਾਂਦੀਆਂ ਸੀ, ਕਿੰਨੇ ਕਿੰਨੇ ਬੰਦੇ ਰੋਜ਼ ਮਿਸਲਾਂ ਦੇ ਆਸਮੇ ਮਰਦੇ ਸੀਗੇ। ਪਰ ਜਦੋਂ ਕੋਈ ਚੰਗਾ ਆਗੂ ਮਿਲਿਆ, ਸਾਰੀਆਂ ਮਿਸਲਾਂ ਇਕੱਠੀਆਂ ਕਰਕੇ ਰਾਜ ਲੈ ਲਿਆ ਸੀ। ਸਾਡੇ ਹਾਲਾਤ ਅੱਜ ਵੀ ਉੱਥੇ ਖੜੇ ਨੇ, ਅੱਜ ਵੀ ਸਾਡੇ 'ਚ ਈਗੋ ਬਹੁਤ ਭਾਰੀ ਹੈ, ਹੰਕਾਰ ਸਾਡੇ ਧੌਣ 'ਚ ਕਿੱਲੇ ਬਹੁਤ ਨੇ, ਅਸੀਂ ਉਹਦੇ ਥੱਲੇ ਕਿਉਂ ਜਾਗੇ? ਅਸੀਂ ਯਾਰ ਜੇ ਬਾਕੀ ਅਸੀਂ ਪੰਜਾਬ, ਹੁਣ ਮੇਰੀ ਗੱਲ ਸੁਣੋ, ਮੈਂ ਵੀ ਤੁਰਿਆ ਹੋਇਆ, ਮੈਨੂੰ ਕਿਹੜਾ ਕਿਸੇ ਨੇ ਸੱਦਾ ਚਿੱਠੀ ਭੇਜੀ ਆ ਆਗੂਆਂ ਨੇ, ਕਿਸਾਨਾਂ ਨੇ ਵੀ ਤੂੰ ਆ? ਹਾਲਾਂਕਿ ਮੇਰੇ ਦੇ ਪਰਚੇ ਪਹਿਲ ਦੇ ਆਧਾਰ 'ਤੇ ਮੇਰੇ 'ਤੇ ਹੋਏ ਆ, ਹੁਣ ਹਰਿਆਣਾ ਗੜੀ ਥਾਣੇ 'ਚ ਪਰਚੇ ਹੋ ਗਏ ਮੇਰੇ 'ਤੇ, 15 ਤਰੀਕ ਨੂੰ ਹੋ ਗਏ ਸੀਗੇ। ਨਾ ਮੇਰੀ ਕੋਈ ਜਥੇਬੰਦੀ ਨਹੀਂ, ਨਾ ਮੇਰੇ ਕੋਈ ਕਿਸਾਨ ਆਗੂ ਨਹੀਂ, ਪਰ ਮੈਂ ਵੀ ਗਿਆ ਨਾ। ਮੈਂ ਇਹੀ ਗੱਲ ਕਰਦਾ ਕਿ ਇਹ ਜਿਹੜੇ ਬੰਦੇ ਹਾਲੇ ਇਹ ਸੋਚੀ ਜਾਂਦੇ ਵੀ ਸਾਨੂੰ ਕੋਈ ਸੱਦਾ ਆਊਗਾ ਅਸੀਂ ਤਾਂ ਜਾਵਾਂਗੇ, ਇਹ ਲੜਾਈ ਸੱਦੇ ਵਾਲਾ ਦੀ ਨਹੀਂ ਆ ਭਰਾਵੋ, ਇਹ ਲੜਾਈ ਤੁਹਾਡੀ ਹੋਣ ਦੀ, ਤੁਹਾਡੀਆਂ ਨਸਲਾਂ ਦੀ, ਤੁਹਾਡੇ ਭਵਿੱਖ ਦੀ, ਤੁਹਾਡੇ ਜਵਾਕਾਂ ਦੀ, ਤੁਹਾਡੀਆਂ ਪੈਲੀਆਂ ਦੀ, ਤੁਹਾਡੀਆਂ ਨਸਲਾਂ ਦੀ ਲੜਾਈ ਆ। ਆਉਣ ਵਾਲਾ ਸਮਾਂ ਬੜਾ ਮਾੜਾ, ਬੜਾ ਭਿਆਨਕ, ਮੈਂ ਵਾਰ ਵਾਰ ਕਹਿੰਦਾ ਨਾ, ਆ ਗਿਆ ਅਗਲਾ ਸਿਰ 'ਤੇ ਚੜਿਆ ਬੈਠਾ ਦੁਸ਼ਮਣ, ਅਤੇ ਉਹ ਤਾਕਤਵਰ ਕਿੰਨਾ ਇਹ ਸਾਨੂੰ ਐਂ ਵੀ ਨਹੀਂ ਪਤਾ, ਸਾਨੂੰ ਉਹਦੀ ਤਾਕਤ ਦਾ ਅੰਦਾਜ਼ਾ ਵੀ ਹੈ ਨਹੀਂ ਉਹ ਕਿੰਨਾ ਤਾਕਤਵਰ ਆ। ਅਸੀਂ ਡੂ ਟੋਡਰੂ ਹੈ, ਸਾਡੀ ਆਪਸ ਮੇਂ ਨਹੀਂ ਬਣਦੀ। ਤਾਂ ਬੇਨਤੀ ਕਰਦਾ ਵੀ ਜਥੇਬੰਦੀਆਂ ਵੱਲੋਂ ਤੁਹਾਨੂੰ ਬੇਨਤੀ ਆ ਬਾਈ, ਤੁਸੀਂ ਤੁਹਾਡੀ ਲੋਕ ਸੁਣਦੇ ਆ, ਤੁਸੀਂ ਕੋਈ ਲੋਕਾਂ ਨੂੰ ਰਾਹ ਦਿਖਾ ਸਕਦੇ ਹੋ, ਸਿਆਸੀ ਬਦਲ ਲੋਕਾਂ ਨੇ 92 ਵਿੱਚ ਆ ਕੇ ਦੇਖ ਲਿਆ, ਬੇਨਤੀ ਆ ਭਰਾ ਬਣ ਕੇ ਇਕੱਠੇ ਹੋ ਜਾਓ, ਬੈਠ ਕੇ ਤੁਹਾਡੀ ਆਪਸ ਮੇਂ ਰੌਲੇ ਅੰਦਰ ਬੈਠ ਕੇ ਛਿੱਤਰ ਮਾਰ ਇੱਕ ਦੂਜੇ ਦੇ, ਯਾਰ ਲੋਕਾਂ ਦੇ ਨਾਲ ਜਨਤਕ ਕਰੋ ਇਹ ਗੱਲਾਂ। ਸੋ ਇਹ ਬੇਨਤੀ ਆ, ਸਾਡਾ ਸਤਿਕਾਰਾ ਦੇਖੋ, ਮੈਂ ਗੱਲ ਤੁਹਾਨੂੰ ਦੱਸਦਾ,
ਜੇ ਭਾਰਤ ਨੂੰ ਨਹੀਂ ਪੂਰੀ ਦੁਨੀਆਂ ਨੂੰ ਕੋਈ ਰਾਹ ਦਿਖਾਊਗਾ ਤਾਂ ਪੰਜਾਬ ਆ, ਪਰ ਦਿਖਾਊ ਉਹਦੇ ਜਿੱਦੇ ਪੰਜਾਬ ਇੱਕ ਮੋਰੀ ਲੰਘ ਗਿਆ, ਜਿੱਦੇ ਪੰਜਾਬ ਇਕੱਠਾ ਹੋ ਗਿਆ ਬਾਈ।